तरन तरन की नारकोटिक सैल की पुलिस ने गड्डियां चोरी करने वाले गिरोह के एक मैंबर नू 9 लग्जरी गड्डियां समेत काबू करने विच सफलता हासिल की है। इस संबंधी जानकारी दिंदे SP नारकोटिक सैल के जगजीत सिंह वालिया का कहना है कि तरन तरन के SSP द्रुमन एच निंबले के दिशा निर्देशों से मुखबरी सूचना के आधार से नाकेबंदी दौरान एक क्रेटा कार विच सवार नौजवान नू रोक के उसनू कार के कागजात चैक करवाने लई कहा तां नौजवान पासों वह क्रेटा कार चोरी से निकली है। दोषी ने दसिया कि उसके नाल धर्मेंद्र सिंह उर्फ गोरा वासी बलटोहा और भुपिंदर सिंह उर्फ पिंदा वासी कलसिया भी लग्जरी गड्डिया चोरिया करन दा काम करते हैं। साढ़े मानयोग SSP साहब श्री द्रुमन एच निमले IPSG वालों जेड़े माड़े अंसर खिलाफ़ जी साड़ियाँ मुहिम चल रही है उस तहत ही 1 दिसंबर के पहला साढ़े स्टाफ वालों फड़े गए जिद ऑलमोस्ट 7 ਗੱਡੀਆਂ ਜਿਹੜੀਆਂ ਉਦੋਂ 6 ਗੱਡੀਆਂ ਫੜੀਆਂ ਗਈਆਂ ਸੀਗੀਆਂ ਜਿਹਦੇ ਵਿੱਚ 2 ਵਿਅਕਤੀ ਜਿਹੜੇ ਫੜਨ ਵਾਲੇ ਰਹਿੰਦੇ ਸੀਗੇ। ਇੱਕ ਇਨਫੋਰਮੇਸ਼ਨ ਹੋਰ ਇਹਨਾਂ ਨੂੰ ਮਿਲੀ ਜਿਹਦੇ ਵਿੱਚ ਇੱਕ ਬੰਦੇ ਦਾ ਪਤਾ ਲੱਗਾ ਵੀ ਕਸ਼ਮੀਰ ਸਿੰਘ ਜਿਹੜਾ ਹੈਗਾ ਉਹ ਚੋਰੀ ਦੀ ਗੱਡੀ ਲੈ ਕੇ ਆ ਰਿਹਾ ਜੋ ਉਹਨੂੰ ਫੜਿਆ ਗਿਆ ਜਿਸ ਤੋਂ 1 ਕਰੇਟਾ ਗੱਡੀ ਉਸ ਟਾਈਮ ਮਿਲੀ। ਬਾਅਦ 'ਚੋਂ 8 ਗੱਡੀਆਂ 8 ਵਹੀਕਲ ਜਿਹੜੇ ਹੈਗੇ ਆ ਲਗਜ਼ਰੀ ਵਹੀਕਲਸ ਜਿਹੜੇ ਨੇ ਹੋਰ ਉੱਤੋਂ ਬਰਾਮਦ ਹੋਏ ਨੇ। ਇਹ ਅੱਗੇ ਹੋਰ ਇਸ ਤੋਂ ਕਾਫੀ ਹੋਰ ਬਰਾਮਦਗੀਆਂ ਹੋਣਗੀਆਂ ਜਿਹਦੇ ਵਿੱਚ ਇਹਦੇ ਵਿੱਚ ਵੀ 2 ਬੰਦੇ ਜਿਹੜੇ ਪਹਿਲੇ ਹੀ ਪਰਚੇ ਦੇ ਵਿੱਚ ਵੀ ਸਾਡੇ ਵਾਂਟਡ ਨੇ ਪਿੰਦਾ ਅਤੇ ਗੋਰਾ ਜਿਹੜਾ ਭੁਪਿੰਦਰ ਅਤੇ ਧਰਮਿੰਦਰ ਇਹ ਦੋਨੋਂ ਸਾਨੂੰ ਆਲਰੇਡੀ ਵਾਂਟਡ ਜਿਹੜੇ ਇਸ ਪਰਚੇ ਦੇ ਵਿੱਚ ਵੀ ਅੱਗੇ ਪੁੱਛਗਿੱਛ ਦੇ ਵਿੱਚ ਸਾਹਮਣੇ ਆਏ ਨੇ ਜਿਹੜੇ ਇਹ ਬਾਹਰ ਦੀ ਦੂਜੀਆਂ ਸਟੇਟਸ ਦੇ ਵਿੱਚੋਂ ਚੋਰੀ ਦੀਆਂ ਗੱਡੀਆਂ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੇਚਦੇ ਸੀਗੇ ਅਤੇ ਹੁਣ ਤੱਕ ਜਿਹੜੀਆਂ 9 ਗੱਡੀਆਂ ਇਸ ਕੇਸ 'ਚ ਸਾਨੂੰ ਬਰਾਮਦ ਹੋ ਚੁੱਕੀਆਂ ਪਹਿਲੇ ਕੇਸ 'ਚ ਸਾਨੂੰ 6 ਗੱਡੀਆਂ ਜਿਹੜੀਆਂ ਬਰਾਮਦ ਹੋਈਆਂ ਸਨ ਅਤੇ ਹੋਰ ਵੀ ਜਿਹੜੀਆਂ ਇਹ ਲਗਜ਼ਰੀ ਗੱਡੀਆਂ ਸੀ ਜਲਦੀ ਹੀ ਬਰਾਮਦਗੀ ਇਹਨਾਂ ਦੀ ਹੋਏਗੀ। ਜਿਹੜੇ ਵਿਅਕਤੀ 2 ਫਰਾਰ ਦੱਸੇ ਜਾ ਰਹੇ ਉਹ ਹੈਗੇ ਆ ਸੋ ਹੋਰ ਕੀ ਬਰਾਮਦਗੀ ਸੱਜੇ ਨੇ? ਬਿਲਕੁਲ ਇਹ ਧਰਮਿੰਦਰ ਅਤੇ ਭੁਪਿੰਦਰ ਹੈਗੇ ਨੇ ਗੋਰਾ ਐਂਡ ਤਪਿੰਦਾ। ਬੜੀ ਜਲਦੀ ਇਹਨਾਂ ਨੂੰ ਵੀ ਅਰੈਸਟ ਕਰ ਲਿਆ ਜਾਏਗਾ, ਸਾਡੀਆਂ ਟੀਮਸ ਲੱਗੀਆਂ ਹੋਈਆਂ ਅਤੇ ਇਹਨਾਂ ਤੋਂ ਵੀ ਹੋਰ ਸਗੀ ਬਰਾਮਦਗੀ ਜਿਹੜੀ ਹੋਏਗੀ ਜਲਦੀ ਹੋਏਗੀ। ਸਰ ਜਿੱਥੇ ਲਿਆ ਕੇ ਵੇਚਦੇ ਸੀ ਉੱਥੇ ਕੁਛ ਬਰਾਮਦਗੀ ਵਗੈਰਾ ਹੋਈ ਹੈ? ਹਾਂ, ਇਹਦੇ ਵਿੱਚ ਤੁਹਾਨੂੰ ਦੱਸਿਆ ਨਾ ਜਿਵੇਂ 8 ਗੱਡੀਆਂ ਪਹਿਲਾਂ ਤਾਂ ਇੱਕ ਤਾਂ ਇਹਦੇ ਕੋਲ ਮਿਲੀ ਆ ਕਰੇਟਾ ਗੱਡੀ, ਉਸ ਤੋਂ ਇਲਾਵਾ ਕਰੇਟਾ, ਇਨੋਵਾ, ਬਰੀਜ਼ਾ, ਇਸ ਤਰੀਕੇ ਦੀਆਂ ਗੱਡੀਆਂ ਜਿਹੜੀਆਂ ਹੋਰ ਇਹ ਤੋਂ ਬਰਾਮਦ ਹੋਈਆਂ ਨੇ ਅਤੇ ਜਿਹੜੇ ਇਸ ਤੋਂ ਜਿਹੜੀ 9 ਗੱਡੀਆਂ ਤੋਂ ਇਲਾਵਾ ਹੋਰ ਵੀ ਬਰਾਮਦਗੀ ਹੁੰਦੀ ਜਲਦੀ ਹੋਏਗੀ। ਇਹ ਕੋਈ ਨਾ ਕੋਈ ਅੱਗੇ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ, ਜਿਵੇਂ ਤੁਹਾਨੂੰ ਦੱਸਿਆ ਵੀ 2 ਗੋਰਾ ਅਤੇ ਪਿੰਦਾ ਇਨਵੋਲਵ ਇਹਨਾਂ ਦੇ ਨਾਲ ਸਾਹਮਣੇ ਆਏ ਨੇ ਪੁੱਛਗਿੱਛ 'ਚੋਂ, ਅਤੇ ਹੋਰ ਕਿਹੜੇ ਕਿਹੜੇ ਬੰਦੇ ਕੋਈ ਡੀਲਰ ਜਾਂ ਕੋਈ ਵੀ ਜਿਹੜਾ ਕੋਈ ਕਾਗਜ਼ ਪੱਤਰ ਬਣਾਉਣ ਦੇ ਵਿੱਚ ਇਹਨਾਂ ਨੂੰ ਮਦਦ ਕਰਦਾ ਹੋਏਗਾ ਉਹ ਸਾਰੇ ਬੰਦੇ ਸਾਹਮਣੇ ਲਿਆਉਂਦੇ ਜਾਣਗੇ ਅਤੇ ਸਾਰਿਆਂ ਦੀ ਅਰੈਸਟ ਪਏਗੀ। ਇਹ ਹੁਣ 4 ਦਿਨ ਦਾ ਰਿਮਾਂਡ ਹੈਗਾ ਅਤੇ ਅੱਗੇ ਵੀ ਇਹਨਾਂ ਦਾ ਜਿੱਥੇ ਜਿੱਥੇ ਲੋੜ ਪਏਗੀ ਰਿਮਾਂਡ ਵੱਧ ਲਿਆ ਜਾਏਗਾ।